are watching Channel Y. Channel Y, a South Asian Canadian channel. ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਵਰਗੀ ਪੁਰਾਣੀ ਪਾਰਟੀ ਨੂੰ ਛੱਡ ਕੇ ਆਪ 'ਚ ਜਾਣ ਦੀ ਕੋਈ ਗਲਤੀ ਨਹੀਂ ਕਰਨਗੇ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਕੀਤਾ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਵਾਰ ਵਾਰ ਨਵਜੋਤ ਸਿੰਘ ਸਿੱਧੂ ਦੇ ਆਪ 'ਚ ਸ਼ਾਮਿਲ ਹੋਣ ਬਾਰੇ ਬਿਆਨ ਨੂੰ ਇਹ ਕਹਿ ਕੇ ਖਾਰਿਜ ਕਰ ਦਿੱਤਾ ਕਿ ਸਿੱਧੂ ਆਪ 'ਚ ਕਦੇ ਵੀ ਨਹੀਂ ਜਾਣਗੇ। ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਘੱਟ ਗਿਣਤੀ ਨੂੰ ਸੁਰੱਖਿਅਤ ਰੱਖਣ ਦੇ ਬਿਆਨ ਤੇ ਇਹ ਕਹਿ ਕੇ ਪਲਟਵਾਰ ਕੀਤਾ ਹੈ ਕਿ ਜਦੋਂ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਈ ਗਈ ਸੀ ਉਦੋਂ ਬਾਦਲ ਨੂੰ ਘੱਟ ਗਿਣਤੀ ਦੀ ਯਾਦ ਕਿਉਂ ਨਹੀਂ ਆਈ। ਇਹ ਜਿਹੜਾ ਬਿਆਨ ਬਾਦਲ ਸਾਹਿਬ ਨੇ ਅੱਜ ਦਿੱਤਾ ਵਾ, ਇਹਨਾਂ ਨੂੰ ਉਦਣ ਦੇਣਾ ਚਾਹੀਦਾ ਸੀ ਜਿੱਦਣ ਆਰਟੀਕਲ 370 ਐਬਰੋਗੇਟ ਕੀਤਾ ਜੰਮੂ ਕਸ਼ਮੀਰ 'ਚ। ਉਦਣ ਸਭ ਤੋਂ ਵੱਡਾ ਹਮਲਾ ਮੋਦੀ ਸਾਹਿਬ ਦੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਘੱਟ ਗਿਣਤੀਆਂ ਅਤੇ ਮੁਸਲਮਾਨ ਵਰਗ 'ਤੇ ਕੀਤਾ ਸੀਗਾ, ਉਦਣ ਨਹੀਂ ਬੋਲੇ। ਉਸ ਤੋਂ ਬਾਅਦ CAA ਦਾ ਬਿੱਲ ਪਾਸ ਹੋਇਆ, ਉਦਣ ਫਿਰ ਇੱਕ ਹਮਲਾ ਹੋਇਆ ਅਲਪਸੰਖਿਆਂ ਅਤੇ ਮਾਈਨੋਰਿਟੀਜ਼ ਦੇ ਉੱਤੇ। ਉਸ ਤੋਂ ਪਹਿਲਾਂ ਮੌਬ ਲਿੰਚਿੰਗ ਹੋਈ, ਜ਼ਾਤ ਪਾਤ ਧਰਮ ਦੇ ਨਾਮ 'ਤੇ ਉੱਥੇ ਦੰਗੇ ਹੋਏ ਨੇ ਦਿੱਲੀ ਦੇ ਵਿੱਚ, ਕੋਈ ਲਫ਼ਜ਼ ਨਹੀਂ ਬੋਲੇ। ਹੁਣ ਕਿਉਂਕਿ ਬਾਦਲ ਸਾਹਿਬ ਦੀ ਆਪਣੀ ਸ਼ਾਖ ਸਿੱਖਾਂ ਵਿੱਚ ਗਿਰ ਚੁੱਕੀ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਬਹਿਬਲ ਕਲਾਂ ਦੇ ਕਤਲ ਕਰਕੇ, ਮਾਫੀਆ ਟਾਈਪ ਰਾਜ ਕਰਕੇ ਆਪਣੀ ਗੁਆਚੀ ਹੋਈ ਸ਼ਾਖ ਨੂੰ ਬਹਾਲ ਕਰਨ ਵਾਸਤੇ ਹੁਣ ਉਹ ਘੱਟ ਗਿਣਤੀਆਂ ਦਾ ਢੰਡੋਰਾ ਪਿੱਟ ਰਹੇ ਨੇ। ਔਰ ਮੈਂ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਇੰਨੇ ਹੀ ਚਿੰਤਿਤ ਹੋ ਤਾਂ ਆਪਣੀ ਨੂੰਹ ਨੂੰ ਮੋਦੀ ਸਾਹਿਬ ਦੀ ਕੈਬਨਿਟ 'ਚੋਂ ਅਸਤੀਫਾ ਦਿਵਾਓ ਅਤੇ ਫਿਰ ਅਸੀਂ ਮੰਨਾਂਗੇ ਕਿ ਤੁਸੀਂ ਵਾਕਈ ਮਾਈਨੋਰਿਟੀਜ਼ ਦੇ ਹਕੂਕ ਵਾਸਤੇ ਸੰਜੀਦਾ ਹੋ। ਦੇਖੋ ਸਿੱਧੂ ਸਾਹਿਬ ਇਸ ਦਾ ਸਹੀ ਜਵਾਬ ਉਹ ਦੇ ਸਕਦੇ, ਪਰ ਮੈਨੂੰ ਨਹੀਂ ਲੱਗਦਾ ਕਿ ਸਿੱਧੂ ਇੱਕ ਇਸਟੈਬਲਿਸ਼ਡ ਪਾਰਟੀ 'ਚੋਂ ਨਿਕਲ ਕੇ ਜਸਟ ਵਿਦਾਊਟ ਐਨੀ ਯੂਨੋ ਵਿਦਾਊਟ ਐਨੀ ਵੈਲਿਊਬਲ ਔਰ ਵਿਦਾਊਟ ਐਨੀ ਪ੍ਰੋਪਰ ਕਮਿਟਮੈਂਟ, ਆਈ ਡੋਂਟ ਥਿੰਕ ਕਿ ਸਿੱਧੂ ਸਾਹਿਬ ਕਿਸੇ ਤਰ੍ਹਾਂ ਇਸ ਦਾ ਤੁਰੇ ਜਾਂਦੇ ਕੋਈ ਫੈਸਲਾ ਲੈਣਗੇ। ਹਾਂ, ਨਵਜੋਤ ਸਿੱਧੂ ਇੱਕ ਕਾਬਲੇ ਤਾਰੀਫ ਆਦਮੀ ਹੈ ਔਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਉਹ ਆਉਣ, ਮੂਹਰੇ ਲੱਗਣ ਔਰ ਤਾਂ ਕਿ ਪੰਜਾਬ ਨੂੰ ਅੱਗੇ ਕਿਸੇ ਪਾਸੇ ਲੈ ਕੇ ਜਾਵੇ। ਪਰ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਪਹਿਲਾਂ ਆਲਰੇਡੀ ਇੱਕ ਵਾਰ ਜਿਹਨੂੰ ਕਹਿੰਦੇ ਕਿ ਮਤਭੇਦ ਕਹਿ ਲਓ ਜਾਂ ਉਹਨਾਂ ਦਾ ਜਿਹੜਾ ਕੇਜਰੀਵਾਲ ਦੇ ਨਾਲ ਸੀਗਾ ਉਹ ਲੋਕਾਂ ਦੇ ਇਸ ਕਚਹਿਰੀ ਵਿੱਚ ਪਹਿਲਾਂ ਆ ਚੁੱਕਾ ਪੱਖ। ਮੈਂ ਸਮਝਦਾ ਕਿ ਇਹ ਮੀਟਿੰਗਸ ਹੋਰ ਜ਼ਿਆਦਾ ਲਗਾਤਾਰ ਹੋਣੀਆਂ ਚਾਹੀਦੀਆਂ ਤਾਂ ਕਿ ਸਤਰਕ ਰਹੇ ਐਡਮਿਨਿਸਟ੍ਰੇਸ਼ਨ। ਅੱਜ ਸਾਡੇ ਜਿਹੜੇ ਭਲਤ ਦੇ ਬੇਸਿਕ 6-7 ਇਸ਼ੂ ਸੀ, ਮੈਂ ਕੁਇਕਲੀ ਤੁਹਾਨੂੰ ਆਊਟਲਾਈਨ ਕਰ ਦਿੰਦਾ। ਇੱਕ ਤਾਂ ਜਿਹੜੀਆਂ ਨੜਾਲਾ ਤੋਂ ਬੇਗੋਵਾਲ ਨੂੰ ਸੜਕ ਜਾਂਦੀ ਹੈ ਔਰ ਨਾਲ ਜਿਹੜੀਆਂ ਦੂਸਰੀਆਂ ਪਲੈਨ ਰੋਡਸ ਨੇ ਭਲਤ ਭੋਗਪੁਰ ਜਾਂ ਨੜਾਲਾ ਢਿਲਵਾਂ ਜਾਂ ਭਲਤ ਜਿਹੜਾ ਹੈ ਸੁਭਾਨਪੁਰ, ਇਹ ਸਾਰੀਆਂ ਸੜਕਾਂ ਦਾ ਇਸ਼ੂ ਉਠਾਇਆ ਔਰ ਉਹਦੇ 'ਚ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਬਹੁਤ ਛੇਤੀ ਟੈਂਡਰਸ ਜਿਹੜੇ ਨੇ ਉਹ ਲੱਗਣ ਜਾ ਰਹੇ ਨੇ ਔਰ ਇਹਨਾਂ ਦੀ ਰਿਪੇਅਰ ਪੈਚਵਰਕ ਔਰ ਨਡਾਲਾ ਬੇਗੋਵਾਲ ਦੀ ਕੰਪਲੀਟ ਸੜਕ ਦਾ 9 ਕਰੋੜ ਰੁਪਏ ਦੀ ਐਲੋਕੇਸ਼ਨ ਹੋਈ, ਕੰਮ ਸ਼ੁਰੂ ਹੋ ਜਾਏਗਾ। ਦੂਸਰਾ ਸਾਡਾ ਇੱਕ ਮੁਰਾਰ ਪਿੰਡ ਹੈਗਾ ਜਿਹੜਾ ਹਮੀਰੇ ਦੇ ਲਾਗੇ ਆ, ਜਿਹੜਾ ਹਮੀਰਾ ਭੁਲੱਥ ਰੋਡ ਦੇ ਉੱਤੇ ਆ, ਉਹਦੇ 'ਚ ਪਿੰਡ ਕੋਲ ਗੰਦੇ ਪਾਣੀ ਦੇ ਨਿਕਾਸ ਵਾਸਤੇ ਜਗ੍ਹਾ ਨਾ ਹੋਣ ਕਰਕੇ ਸਾਰੀ ਸੜਕ ਦੇ ਉੱਤੇ ਪਾਣੀ ਬਹੁਤ ਵੱਡੇ ਪੱਧਰ 'ਤੇ ਗੰਦਗੀ ਆ ਔਰ ਉਸ ਗੰਦਗੀ ਦੇ ਕਰਕੇ ਉਹ ਜਿਹੜਾ ਹੈ ਸਾਰੇ ਆਲੇ ਦੁਆਲੇ ਇਲਾਕੇ ਦੇ ਵਿੱਚ ਨਾ ਸਿਰਫ ਬਿਮਾਰੀ ਫੈਲਣ ਦਾ ਡਰ ਹੈ ਬਲਕਿ ਲੰਘਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ। ਸੋ ਇਸ ਇਸ਼ੂ ਨੂੰ ਉਠਾਇਆ ਔਰ ਉਹਦੇ 'ਚ ਡਿਪਟੀ ਕਮਿਸ਼ਨਰ ਨੇ ਪ੍ਰੋਮਿਸ ਕੀਤਾ ਕਿ ਅਸੀਂ ਇਸ ਦਾ ਰੈਜ਼ੋਲਿਊਸ਼ਨ ਛੇਤੀ ਕਰਾਉਂਦੇ ਹਾਂ। ਤਹਿਸੀਲਦਾਰ ਨਹੀਂ ਬੈਠਦੇ, ਆਮ ਤਹਿਸੀਲਾਂ ਵਿੱਚ ਲੋਕਾਂ ਦੀ ਕੰਪਲੇਂਟਸ ਆ, ਰਜਿਸਟਰੀਆਂ ਕਰਾਉਣ ਜਾਂਦੇ ਨੇ, ਉਹਨਾਂ ਦੀ ਹਾਜ਼ਰੀ ਇਨਸ਼ੋਰ ਕੀਤੀ ਆ ਡਿਪਟੀ ਕਮਿਸ਼ਨਰ ਨੇ। ਇਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਜਿਹੜਾ ਹੈ ਭੁਲੱਥ ਦੇ ਵਿੱਚ ਅਤੇ ਸਾਡਾ ਜਿਹੜਾ ਕਸਬੇ ਨੇ ਨਡਾਲਾ, ਇਹ ਟ੍ਰੈਫਿਕ ਦੀ ਬਹੁਤ ਵੱਡੀ ਇਸ਼ੂ ਆ। ਵੈਸੇ ਤਾਂ ਅਸੂਲਨ ਭੁਲੱਥ ਵਿੱਚ ਰਿੰਗ ਰੋਡ ਚਾਹੀਦੀ ਆ, ਬਾਈਪਾਸ ਚਾਹੀਦਾ ਸਾਰੇ ਪਾਸੇ, ਪਰ ਜਿੰਨੀ ਦੇਰ ਨਹੀਂ ਹੁੰਦਾ ਤਾਂ SSP ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਨਡਾਲਾ ਅਤੇ ਭੁਲੱਥ ਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਇਫੈਕਟਿਵ ਆਫਿਸਰਸ ਨੂੰ ਲਾਓ ਤਾਂ ਕਿ ਉਹ ਕੰਮ ਛੇਤੀ ਹੋ ਜਾਵੇ। ਇਸੇ ਤਰ੍ਹਾਂ ਨੀਲੇ ਕਾਰਡ ਕੱਟੇ ਗਏ ਸੀ ਵਾਰਡ ਨੰਬਰ 9 ਦੇ, 200 ਦੇ ਕਰੀਬ ਗਰੀਬਾਂ ਦੇ ਕਾਰਡ ਕੱਟੇ ਗਏ ਸੀਗੇ। ਉਹ ਡਿਪਟੀ ਕਮਿਸ਼ਨਰ ਨੇ ਹਦਾਇਤ ਦਿੱਤੀ ਹੈ ਕਿ ਉਹ ਕਾਰਡ ਸਾਰੇ ਨੀਲੇ ਕਾਰਡ ਜਿਹੜੇ ਨੇ ਗਰੀਬਾਂ ਦੇ ਉਹ ਰਿਸਟੋਰ ਕੀਤੇ ਜਾਣ। ਨਸ਼ੇ ਦਾ ਮਸਲਾ ਵਾ, 2 ਬਸਤੀਆਂ ਇਸ ਤਰ੍ਹਾਂ ਦੀਆਂ ਮੈਂ ਗਣਾਈਆਂ, 2 ਪਿੰਡ ਨੇ ਜਿੱਥੇ ਬਹੁਤ ਵੱਡੇ ਪੱਧਰ 'ਤੇ ਨਸ਼ਾ ਵਿਕਦਾ ਵਾ ਔਰ ਜਿੱਥੇ ਬਹੁਤ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਸ਼ਰਾਬ ਵਿਕਦੀ ਆ, ਉਹ ਵੀ ਐਡਮਿਨਿਸਟ੍ਰੇਸ਼ਨ ਨੇ SSP ਨੇ ਨੋਟ ਕੀਤਾ। ਸੋ ਆਈ ਹੋਪ ਕਿ ਇਹ ਸਾਰੇ ਇਸ਼ੂ ਜਿਹੜੇ ਨੇ ਇਹ ਇਸ ਮੀਟਿੰਗ ਵਿੱਚ ਉਠਾਏ ਨੇ, ਇਹਨਾਂ ਦਾ ਰੈਜ਼ੋਲੂਸ਼ਨ ਹੋਵੇਗਾ। ਦੇਖੋ, ਮੈਂ ਸਮਝਦਾ ਕਿ ਮੈਂ ਬਜਟ ਦੀ ਨੁਕਤਾਚੀਨੀ 'ਚ ਨਹੀਂ ਪੈਂਦਾ, ਮੈਂ ਅੰਕੜਿਆਂ 'ਚ ਵੀ ਨਹੀਂ ਜਾਂਦਾ, ਪਰ ਮੈਂ ਸਮਝਦਾ ਕਿ ਅੱਜ ਪੰਜਾਬ 2.5 ਲੱਖ ਕਰੋੜ ਦਾ ਕਰਜ਼ਾ ਹੀ ਆ ਔਰ ਤੁਸੀਂ 4 ਪੈਮਾਨੇ ਅਗਰ ਦੇਖੋਗੇ ਤੁਹਾਨੂੰ ਨਜ਼ਰ ਆ ਜਾਏਗਾ ਕਿ ਪੰਜਾਬ ਜਿਹੜਾ ਲਗਾਤਾਰ ਨਿਕਾਰ ਵੱਲ ਜਾ ਰਿਹਾ, ਚਾਹੇ ਸਰਕਾਰਾਂ ਕੁਛ ਕਹੀ ਜਾਣ। ਸਭ ਤੋਂ ਪਹਿਲਾਂ ਸਾਡਾ ਜਿਹੜਾ ਖੇਤੀਬਾੜੀ ਦਾ ਕਿੱਤਾ ਵਾ, ਐਗਰੇਰੀਅਨ ਇਕਨੋਮੀ, ਉਹ ਕੋਲੈਪਸ 'ਤੇ ਆ। 1 ਲੱਖ ਕਰੋੜ ਰੁਪਏ ਦਾ ਕਰਜ਼ਾ, ਇਹ ਦੱਸਦਾ ਕਿ ਪੰਜਾਬ ਨਿਕਾਰ ਵੱਲ ਜਾ ਰਿਹਾ, ਆਤਮ ਹੱਤਿਆ ਕਰ ਰਹੇ ਨੇ ਕਿਸਾਨ। ਦੂਸਰਾ ਵੱਡਾ ਜਿਹੜਾ ਇਸ਼ੂ ਹੈ ਉਹ ਹੈਗਾ ਵਾ ਕਿ ਸਾਡਾ ਪੜ੍ਹਿਆ ਲਿਖਿਆ ਵਰਗ ਜਿਹੜਾ ਹਿਊਮਨ ਰਿਸੋਰਸ, ਉਹ ਸਭ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਕਿਉਂਕਿ ਉਹਨਾਂ ਕੋਲ ਇੱਥੇ ਨੌਕਰੀ ਨਹੀਂ ਗਈ, ਉਹਨਾਂ ਦੇ ਕੋਲ ਕੋਈ ਭਵਿੱਖ ਨਹੀਂ ਦਿਸਦਾ
और जो नौजवान पढ़िया लिखा जा रहा वह हज़ारा करोड़ों रुपए की इकोनमी लैके जा रहा पंजाब चो जे एक लख नौजवान हर साल विदेशों जाए तो हर बच्चा 25 लाख रुपया लैके जाए तो अंदाजा ला लो कि वे पद्धर से पंजाब की इकोनमी इरोड हो रही है। और तीसरा मैं समझदा कि साडा जिहड़ा इंडस्ट्री है वह गुआढ़ी सूबे नूं छोटा होण करके टैक्स विच पंजाब की इंडस्ट्री जी पिछले काफ़ी समय तो वह कोलैप्स हो जा रही है और जो इंडस्ट्री कोलैप्स करती है वह पंजाब की किसी स्टेट की आर्थिक पोजिशन पर डायरैक्ट असर पैंदा। लास्टली कोई भी घर कोई परिवार कोई पिंड अपनी जो जो कीमत है उस नाल जाने जाता अज पंजाब दे विच रियल एस्टेट जिहड़ी वैल्यू वह कोलैप्स कर चुकी जिहड़ियां साडियां जमीनां 10-15 साल पहला 40-40, 50-50 लाख रुपए नूं एकड़ सीगियां अज उन्हां जमीनां की जीरो वैल्यू होगी मतलब 10-12-15 लाख रुपए ते आण के डिग गईआं गाहक भी कोई नहीं गा। इस तरह शहरां विच कीमतां गिर गईआं ने रियल एस्टेट का ग्राफ डिगना पंजाब दे विच जमीनां ते जायदादां की कीमत डिगना यह दर्शाउंदा वा कि पंजाब इस वक्त निकार वालू और बहुत तेजी नाल थले जा रहा। सो जिहड़ी स्टेट चार पैरामीटर्स गिनाते कि थले जा रही है पर सरकारां कदी अकाली दल कदी कांग्रेस यही क्लेम करी जांदे ने कि बहुत अच्छा बजट है तो बहुत वड्डा जद तक ये 2.5 लाख करोड़ के कर्जे का हल नहीं लभणगे करप्शन नत्थ नहीं पाउणगे और ये जिहड़े एग्रेरियन इकोनमी इंडस्ट्री का कोलैप्स और पढ़े लिखे नौजवानों बाहर जाण की बजाय इत्थे नौकरियां नहीं देणगे उदों तक पंजाब का कुछ सवार नहीं सकते। हाँ एक अच्छी गल की मनप्रीत सिंह बादल ने रिटायरमेंट एज नूं जिहड़ा 60 तों 58 किया उदे नाल नौजवानों नूं नौकरियां मिलदे आसार बणनगे। यू आर वॉचिंग चैनल वाई, चैनल वाई, अ साउथ एशियन कनेडियन चैनल।